Thank you.
महाराज
ਜਿਹਨੇ ਬਤਾਇਆ ਐਸਾ ਕੋਈ ਬੜ ਪਾਪੀ ਪਾਇਆ ਸਾਡੇ ਵਰਗੇ ਭੁੱਲਿਆਂ ਨੂੰ ਬਾਬਾ ਜੀ ਨੇ ਮਾਰਕ ਪਾਇਆ ਕਿਹਾ ਕਿ ਨਹੀਂ ਕਰ ਕੇ ਅਰੇ ਆਪ ਦੀ ਹਿੰਮਤ ਦੀ ਧਰਤੀ ਤੇ ਜਾਓ ਅੱਜ ਵੀ ਉਹ ਥਾਂ ਨੇ ਗੁਰਦੁਆਰਾ ਖੁੱਲੀ ਹੈ ਤੇ ਬਾਬਾ ਜੀ ਨੂੰ ਨਵੀਂ ਨਵੀਂ ਗੁਰਗੱਦੀ ਮਿਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਹੁਣ ਕਾਬਲ ਸੰਗਤ ਆਈ ਬੜੇ ਧਿਆਨ ਨਾਲ ਸੁਣਿਆ ਆਪ ਜੀ ਕਿਵੇਂ ਬਾਬਾ ਜੀ ਨੇ ਸਾਨੂੰ ਮਾਰਕ ਪਾਇਆ ਕਹਿ ਕੇ ਨਹੀਂ ਕਰਕੇ ਕਾਬਲ ਤੋਂ ਸੰਗਤ ਆਈ ਉਹਨਾਂ ਨੇ ਆਪਣੇ ਅੰਦਰ ਇੱਕ ਮਿਥ ਲਿਆ ਕਿ ਜਦ ਤੱਕ ਹਰਿਮੰਦਰ ਸਾਹਿਬ ਦੇ ਜੋ ਮੌਜੂਦਾ ਗੁਰੂ ਨੇ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਤਦ ਤੱਕ ਰਸਤਾ ਨਾ ਪੱਕੀ ਲਿਖਾਂਗੇ ਹੁਣ ਸੰਗਤ ਚਲੀਏ ਰੋਜ਼ ਪੜਾਓ ਕਰਦੀ ਹੈ ਇੱਕ ਕਰਦੇ ਕਰਦੇ ਇੱਕ ਪੜਾਓ ਆਇਆ ਗੁਰਦੁਆਰਾ ਪਿਪਲੀ ਸਾਹਿਬ ਅੰਮ੍ਰਿਤਸਰ ਦੀ ਧਰਤੀ ਜਦੋਂ ਉੱਥੇ ਪਹੁੰਚੀ ਰਾਤ ਦਾ ਸਮਾਂ ਹੋ ਗਿਆ ਜਦੋਂ ਰਾਤ ਹੋਈ ਤਾਂ ਕੋਈ ਛੁੱਟਿਆ ਨਹੀਂ ਉਹ ਸੰਗਤ ਨੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਦੇ 9:30 ਨੇ ਬਾਬਾ ਜੀ ਕਹਿੰਦੇ ਕਾਲੀ ਮਸਣਾ ਸ਼ੁਰੂ ਉਤਾਵਲਾ ਪਾਉਣਾ ਸ਼ੁਰੂ ਹੋ ਗਿਆ ਬਾਬਾ ਜੀ ਕਦੇ ਇੱਧਰ ਜਾਣ ਕਦੇ ਉੱਧਰ ਜਾਣ ਇਹਨਾਂ ਦਾ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਦੇਖੋ ਕਰਕੇ ਕਿਵੇਂ ਦਿਖਾਇਆ ਬਾਬਾ ਜੀ ਕਹਿ ਕੇ ਨਹੀਂ ਬਾਬਾ ਜੀ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਬਹੁਤ ਸਾਡੇ ਪਿਆਰ ਵਾਲੀ ਉਹਨਾਂ ਨੂੰ ਬੁਲਾ ਲਿਆ ਮਾਤਾ ਪਿਤਾ ਜੀ ਨੂੰ ਕਿਹਾ ਸਾਡੀ ਪਿਆਰ ਵਾਲੀ ਸੰਗਤ ਆਈ ਗੁਰੂ ਰਾਮਦਾਸ ਜੀ ਦੀ ਕਾਬਲ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਨੇ ਸਾਡੇ ਦਰਸ਼ਨ ਨਹੀਂ ਕੀਤੇ ਤੇ ਮੇਰਾ ਮਨ ਹੈ ਕਿਉਂਕਿ ਬਾਬਾ ਜੀ ਛੁੱਟੀ ਆਏ ਹੁੰਦੇ ਸਨ ਕਹਿੰਦੇ ਮੇਰਾ ਮਨ ਹੈ ਕਿ ਮੈਂ ਉੱਥੇ ਆਪ ਜਾਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸਿੱਖ ਜਾਣ ਨਾਲ ਆਪਾਂ ਪ੍ਰਸ਼ਾਦੇ ਲੈ ਕੇ ਜਾਈਏ ਕਿਉਂਕਿ ਭੁੱਖੇ ਨੇ ਉਹਨਾਂ ਨੇ ਕੁਛ ਕਿਹਾ ਨਹੀਂ ਬਾਬਾ ਜੀ ਨੇ ਅੱਧੇ ਪੌਣ ਘੰਟੇ ਦੇ ਅੰਦਰ ਘੰਟੇ ਦੇ ਅੰਦਰ ਸਾਰਾ ਪ੍ਰਸ਼ਾਦਾ ਤਿਆਰ ਕਰਾਇਆ ਹਰਿਮੰਦਰ ਸਾਹਿਬ ਤੋਂ ਬਾਬਾ ਜੀ ਪਿਪਲੀ ਸਾਹਿਬ ਤਕਰੀਬਨ ਹਰਿਮੰਦਰ ਸਾਹਿਬ ਤੋਂ 10-12 ਕਿਲੋਮੀਟਰ ਦੇ ਪਿਪਲੀ ਸਾਹਿਬ ਉੱਥੇ ਜਦੋਂ ਪਹੁੰਚੇ ਹੁਣ ਸਾਰੀ ਸੰਗਤ ਆਰਾਮ ਕਰ ਰਹੀ ਹੈ ਕੁਛ ਜਗ ਰਹੀ ਹੈ ਕੁਛ ਆਪਣੇ ਜੋ ਟੰਗਾਂ ਨੇ ਖੁਦ ਘੁੱਟ ਰਹੇ ਅੱਗੇ ਟੁੱਟੀ ਹੈ ਹੁਣ ਜਦੋਂ ਉਹਨਾਂ ਨੇ ਦੇਖਿਆ ਇੱਕ ਕਾਫਲਾ ਆਇਆ ਹੋਵੇ ਸਿੱਖ ਵੀ ਦੇ ਨਾਲ ਉਹਦੇ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਪੰਗਤ ਲਗਾ ਕੇ ਸਾਰਿਆਂ ਨੂੰ ਲੰਗਰ ਛਕਾਇਆ ਆਪਣੇ ਹੱਥੀਂ ਪਿਆਰ ਦੀ ਸੇਵਾ ਕਰੋ ਕਿਸੇ ਗੁਰਸਿੱਖ ਨੂੰ ਨਹੀਂ ਕਿਹਾ ਬਾਬਾ ਜੀ ਆਪਣੇ ਆਪ ਬੜੇ ਪਿਆਰ ਨਾਲ ਪ੍ਰਸ਼ਾਦਾ ਦੇ ਰਹੇ ਆਪਣੇ ਆਪ ਦਾ ਸਕਾਰ ਹੋਰ ਵੀ ਗੁਰਸਿੱਖ ਹੋਰ ਵੀ ਗੁਰਮੁਖ ਪਿਆਰੇ ਪ੍ਰਸ਼ਾਦਾ ਛਕਾਈ ਜਾ ਰਹੇ ਨੇ ਛਕਾਈ ਜਾ ਰਹੇ ਉਹ ਛਕਾਉਣ ਦੇ ਬਾਅਦ ਭਾਰਤੀਆਂ ਦਾ ਸਮਾਂ ਪੰਖੇ ਨਹੀਂ ਹੁੰਦੇ ਸੀ ਏਸੀ ਨਹੀਂ ਹੁੰਦੇ ਸੀ ਹੱਥ ਵਾਲੇ ਪੰਖੇ ਹੁੰਦੇ ਸੀ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਆਪਣੇ ਆਪ ਪੰਖੀ ਫੜੀ ਅਤੇ ਸੰਗਤ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ ਹੁਣ ਦੇ ਬਾਅਦ ਇੱਕ ਜਗ੍ਹਾ ਉਹਨਾਂ ਦੀ ਨਜ਼ਰ ਜਾਂਦੀ ਹੈ ਉਸ ਬਜ਼ੁਰਗ 60-65 ਸਾਲ ਨੇ ਪੋਖਰੀ ਟੰਗਾ ਆਪਣੀ ਦੁਨੀਆ ਆਪਣੇ ਆਪ ਘੁੱਟ ਰਿਹਾ ਹੁਣ ਉਹ ਸੰਗਤ ਨੂੰ ਨਹੀਂ ਪਤਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ ਕੀਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਮਾਲੂਮ ਹੈ ਆਮ ਗੁਰਸਿੱਖ ਇੱਕ ਬੱਚਾ ਵੇ ਅਤੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਜ਼ੁਰਗਾਂ ਕੋਲ ਚਲੇ ਗਏ ਜਾ ਕੇ ਬੇਨਤੀ ਕਰਦੇ ਕਹਿੰਦੇ ਬਾਬਾ ਜੀ ਜੋ ਤੁਹਾਡੇ ਚਰਨ ਲੈ ਕੇ ਦੇਖੋ ਮਾਲਕ ਚਰਨ ਘੁੱਟ ਰਿਹਾ ਸੰਗਤ ਦੇ ਸੰਗਤ ਨੂੰ ਅੱਗੇ ਰੱਖਿਆ ਗੁਰੂ ਸਾਹਿਬ ਜੀ ਸੇਵਾ ਨੂੰ ਅੱਗੇ ਰੱਖਿਆ ਕਹਿੰਦੇ ਤੂੰ ਨਹੀਂ ਕਰਨੀ ਹੋ ਕੇ ਰੱਖਿਆ ਬਾਬਾ ਜੀ ਨੇ ਆਪ ਬਾਬਾ ਜੀ ਨੇ ਮੱਖੀ ਕਾਫੀ ਕਰਨਾ ਸ਼ੁਰੂ ਕਰ ਬਹੁਤ ਸਾਰੀ ਸੰਗਤ ਨੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਕਹਿੰਦੇ ਬੇਟਾ ਬੱਚਿਆ ਅਸੀਂ ਕੱਲ੍ਹ ਨਾ ਦਰਬਾਰ ਸਾਹਿਬ ਜਾਵਾਂਗੇ ਨਾ ਸਵੇਰੇ ਉੱਥੇ ਜੋ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੋਂ ਪਹਿਲੇ ਆਪਣੀ ਹਾਜ਼ਰੀ ਦਾ ਕਿ ਤੇਰੀ ਹਾਜ਼ਰੀ ਦਵਾਂਗੇ ਕਿ ਤੂੰ ਸਾਡਾ ਭੁੱਖਾ ਪੇਟ ਭਰਿਆ ਤੂੰ ਸਾਡੀ ਉੱਚੀ ਚਾਪੀ ਕੀਤੀ ਤੂੰ ਸਾਨੂੰ ਪੰਖਾ ਚੱਲਿਆ ਸਾਨੂੰ ਜਲ ਛਕਾਇਆ ਅਸੀਂ ਤੇਰੀ ਜਾ ਕੇ ਉੱਥੇ ਹਾਜ਼ਰੀ ਦਵਾਵਾਂਗੇ ਗੁਰੂ ਸਾਹਿਬ ਜੀ ਤੈਨੂੰ ਵੀ ਅਸੀਂ ਕਰਦੇ ਹਾਂ ਉਹਨਾਂ ਨੂੰ ਨਹੀਂ ਮਾਲੂਮ ਕਿ ਗੁਰੂ ਸਾਹਿਬ ਜੀ ਆਪ ਹੀ ਨੇ ਜਦੋਂ ਹਰਿਮੰਦਰ ਸਾਹਿਬ ਅਗਲੇ ਦਿਨ ਪਹੁੰਚੇ ਨਾ ਉਹਨੂੰ ਸਾਰੀ ਸੰਗਤ ਦੇ ਅੰਦਰ ਕਾਲੀ ਅਸੀਂ ਪਹਿਲੇ ਦਰਸ਼ਨ ਕਰ ਲਈਏ ਹਰਿਮੰਦਰ ਸਾਹਿਬ ਜਾ ਕੇ ਗੁਰੂ ਅਰਜਨ ਦੇਵ ਜੀ ਅਸੀਂ ਪਹਿਲੇ ਦਰਸ਼ਨ ਕਰ ਲਈਏ ਹੁਣ ਜੋੜੇ ਸਭ ਨੇ ਉਤਾਰਦੇ ਜੋੜੇ ਦੀ ਰਾਖੀ ਲਈ ਕੋਈ ਨਾ ਖਰਾਬ ਹੋਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੱਛੋਂ ਆਵੇ ਉਹਨਾਂ ਨੂੰ ਨਹੀਂ ਪਤਾ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੱਛੋਂ ਆਵੇ ਤੇ ਸਾਰੀ ਸੰਗਤ ਉਤਾਰਨੀ ਸੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਤੁਸੀਂ ਸਾਰੇ ਦਰਸ਼ਨ ਕਰੋ ਅੰਦਰ ਜਾ ਕੇ ਇਹ ਜੋੜਿਆਂ ਦੀ ਰਾਖੀ ਮੈਂ ਕਰਾਂਗਾ ਸਾਰੇ ਆਪੋ ਵੈਰੀ ਹੁਣ ਦੇਖੋ ਕਰਨੀ ਇਹ ਪ੍ਰਧਾਨ ਬਾਬਾ ਜੀ ਨੇ ਜੋੜੇ ਉੱਪਰ ਕਰਵਾਏ ਸਾਡੀ ਸੰਗਤ ਨੇ ਆਪ ਆਪਣੇ ਹੱਥੀ ਉਹਨਾਂ ਨੂੰ ਦਾਸ ਕਰਨਾ ਸ਼ੁਰੂ ਕਰ ਦਿੱਤਾ
उन सारी संगत अंदर से गुरुदेव देव जी बाहर आ बाहर क्योंकि जो बाबा गुरुदेव साहब जी अंदर थे सारी संगत ने बाबा जी को बेनती की थी बाबू जी संगत ने बाबा गुरुदेव साहब जी कहते बाबा जी गुरुदेव देव जी का दर्शन कहते गुरुदेव देव जी का दर्शन गुरुदेव देव जी ने कल से गए मैंने कहते कल से गए मैंने कहते असि दर्शन ही नहीं किए कहते रात को एक गुरमुख बहुत सेवा कर रहे कुछ गुरसिख सन कहते असि पहचानिया नहीं कहते अच्छा उन्होंने किया कहते लंगर वरताया जल छकाया मुंडी चापी भी की फुका भी चलिया कहते ओही लड़का ओही गुरमुख हूँ असि जोड़िया में छड़ गया कहते कोई लड़का कोई गुरमुख नहीं आप गुरचंद देव जी महाराज कहते वो आप गुरचंद देव जी महाराज है बाबू गुरदेव साहब जी अगे अगे सारी संगत पीछे पीछे बड़ी तेजी कदम के नाल जोड़े घर के कोल पहुंची उत्ते गुरचंद देव जी महाराज बड़े प्यार नाल जोड़े साफ कर रहे थे संगत दे ते संगत दे उन्होंने हाथ फाड़ लिया गुरचंद देव जी कहते बाबा जी असं अपनी भूल बख्शा आए बाबा जी असं अपने अवगुण कटवाण आए थोड़े चरणों में तुम साढ़े से भार चढ़ा रहे हो तुम साढ़े से भार चढ़ा रहे हो पहले तुम कल रात की सेवा की साढ़े जोड़े चाड़ रहे हो गुरचंद देव जी महाराज कहते कहते पहचानिया नहीं क्योंकि दर्शन नहीं किए कहते मैं भी भुख लगनी शरीर की भुख आत्मा की भुख बाबा जी कहते ना आत्मा जीवन इसलिए मर जाओ तोल भजन की रहे प्यासा प्यास अभी पानी की एक उनकी भजन की प्यास एक उनकी सेवा की प्यास जो अभी करना शुरू करते सब प्यास नशा हो जाती भुख लगना शुरू हो जाती है कि गुरुचंद देव जी ने भूलते पाए कि गुरुचंद देव जी महाराज ने सारे को बड़ा प्यार
ਅਸੀਂ ਆਪਣੇ ਮਨ ਦੇ ਨਾਲ ਗੱਲ ਕਰਨੀ ਕਿਉਂਕਿ ਬਾਬਾ ਜੀ ਵੀ ਕਹਿੰਦੇ ਨੇ ਮੰਜੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਪਾਏ। ਅਸੀਂ ਆਪਣੇ ਦਿਲ ਨੂੰ ਖੋਜੀਏ, ਦੂਜੇ ਨੂੰ ਕਿਉਂ ਖੋਜੀਏ? ਅਸੀਂ ਆਪਣੇ ਖੋਜਣ ਲਈ ਇੱਥੇ ਆਏ, ਦੂਜਿਆਂ ਨੂੰ ਖੋਜਣ ਲਈ ਨਹੀਂ ਆਏ। ਅਗਰ ਰਹਿਣਾ ਵੀ ਦੂਸਰਾ ਕਿ ਤੋਂ ਗੁਣ ਨਹੀਂ ਹੈ, ਆਪਣ ਦਾ ਨਹੀਂ, ਆਪਣ ਸਾਡੇ ਅੰਦਰ ਵੀ ਬਹੁਤ ਨੇ ਤੇ ਦੂਜਿਆਂ ਦੇ ਅੰਦਰ ਗੁਣ ਬਹੁਤ ਨੇ। ਅਸੀਂ ਗੁਣ ਦੇਖੀਏ ਦੂਜੇ ਦੇ, ਆਪਣ ਦਾ ਨਹੀਂ। ਅਗਰ ਦਿਖਦੇ ਵੀ ਨੇ ਤੇ ਅਰਦਾਸ ਕਰਦੇ ਹਾਂ ਬਾਬਾ ਜੀ ਚਰਨਾਂ ਵਿੱਚ, ਬੇਨਤੀ ਕਰਦੇ ਬਾਬਾ ਜੀ ਸਾਨੂੰ ਕਿਰਪਾ ਕਰੋ, ਅਸੀਂ ਆਪਣ ਨਾ ਦੇਖੀਏ, ਗੁਣ ਦੇਖਣ ਵਾਲੀ ਸਾਡੀ ਸ਼ਕਤੀ ਹੋਵੇ। ਗੁਰੂ ਸਾਹਿਬ ਜੀ ਕਿਰਪਾ ਕਰੋ।